722 ਨੰਬਰ ਕੀ ਲੋਕ ਨਿਰਮਾਣ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਕੀ ਇਹ ਠੀਕ ਹੈ ਅੰਮ੍ਰਿਤਸਰ ਬਠਿੰਡਾ ਹਾਈਵੇ ਤੇ ਮਖੂ ਵਿਖੇ ਰੇਲਵੇ ਕ੍ਰੋਸਿੰਗ ਉੱਪਰ ਬਣਨ ਵਾਲੇ ਪੁਲ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਹੈ? ਜੇਕਰ ਅਜਿਹਾ ਹੈ ਤਾਂ ਇਸ ਪੁਲ ਦਾ ਕੰਮ ਕਦੋਂ ਤੱਕ ਮੁਕੰਮਲ ਹੋ ਜਾਵੇਗਾ? ਵੇਰਵੇ ਸਾਹਿਬ ਦੱਸੋ। ਸਰਦਾਰ ਭਜਨ ਸਿੰਘ, ਮਾਣਯੋਗ ਸਪੀਕਰ ਸਾਹਿਬ, ਮਖੂ ਵਿਖੇ ਰੇਲਵੇ ਓਵਰਬ੍ਰਿਜ, ਤੁਹਾਡਾ ਜਵਾਬ ਤਾਂ ਚਲਾ ਹੀ ਗਿਆ, ਕੋਈ ਸਪਲੀਮੈਂਟਰੀ ਹੈ ਤਾਂ ਪੁੱਛ ਲਓ ਜੀ। ਹਾਂਜੀ ਜੀ, ਮਾਣਯੋਗ ਸਪੀਕਰ ਸਾਹਿਬ, ਪਹਿਲਾਂ ਕੰਮ ਸ਼ੁਰੂ ਹੋ ਚੁੱਕਾ ਸੀਗਾ ਅੱਜ ਤੋਂ 4 ਸਾਲ ਪਹਿਲਾਂ। ਉਸ ਤੋਂ ਬਾਅਦ ਫਿਰ ਕੰਮ ਬੰਦ ਕਰਤਾ, ਸਾਰੇ ਉਹ ਪਿੱਲਰ ਬਣ ਗਏ, ਪਿੱਲਰ ਬਣ ਕੇ ਫਿਰ ਢਾਹ ਕੇ ਲੈ ਗਏ। ਉਹ ਕੀ ਕਾਰਨ ਸੀਗਾ, ਪਹਿਲਾਂ ਬਣਾ ਦਿੱਤੇ ਫਿਰ ਢਾਹ ਦਿੱਤੇ? ਅਤੇ ਮੈਂ ਇਹੀ ਕਿਰਪਾ ਕਰਕੇ ਬੇਨਤੀ ਕਰਦਾ ਵਾਂ ਵੀ ਜੇਕਰ ਉੱਥੇ ਸਾਰੇ ਪਠਾਨਕੋਟ ਤੋਂ ਲੈ ਕੇ ਬਠਿੰਡੇ ਤੱਕ ਬਾਈਪਾਸ ਬਣੇ ਆ, ਅਤੇ ਜੇ ਇੱਥੇ ਵੀ ਬਾਈਪਾਸ ਬਣ ਜਾਵੇ ਤਾਂ ਬਹੁਤ ਧੰਨਵਾਦ ਹੋਊਗਾ ਤੁਹਾਡਾ। ਥੈਂਕ ਯੂ ਜੀ ਮੰਤਰੀ ਜੀ। ਮਾਣਯੋਗ ਸਪੀਕਰ ਸਾਹਿਬ, ਮੈਂਬਰ ਸਾਹਿਬ ਦੀ ਗੱਲ ਬਿਲਕੁਲ ਠੀਕ ਆ ਕਿ ਇਹਦਾ ਕੰਮ ਜਿਹੜਾ ਸ਼ੁਰੂ ਕਰਵਾ ਦਿੱਤਾ ਗਿਆ ਸੀਗਾ। ਪਹਿਲਾਂ ਤਾਂ ਜਿਹੜੀ ਰੋਡ ਸੀਗੀ 2017 ਦੇ ਵਿੱਚ ਇਹ ਬਣ ਕੇ ਕੰਪਲੀਟ ਹੋ ਗਈ ਸੀਗੀ। ਇਹ 4 ਮਾਰਗੀ ਸੜਕ ਸੀਗੀ, 55 ਫੁੱਟ ਚੌੜੀ। ਜਿਹੜਾ ਇਹਦੇ 'ਤੇ ROB ਬਣਨਾ ਸੀਗਾ, ਇਹ 6 ਲੇਨ ਬਣਨਾ ਸੀਗਾ, 70 ਫੁੱਟ ਚੌੜਾ। ਉਹਦੇ ਵਾਸਤੇ ਸਰ ਸਾਨੂੰ ਨਾ ਜਿਹੜੀ ਜ਼ਮੀਨ ਲੈਣ ਦੇ ਵਿੱਚ ਬੜੀ ਮੁਸ਼ਕਲ ਆ ਗਈ, ਸੋ ਅਸੀਂ ਕਬਜ਼ਾ ਨਹੀਂ ਲੈ ਸਕੇ। ਆਲੇ ਦੁਆਲੇ ਕਾਫੀ ਬਸਤੀਆਂ ਵੀ ਸੀਗੀਆਂ, ਸਲਾਮ ਵਾਲੀਆਂ ਬਸਤੀਆਂ ਵੀ ਸੀਗੀਆਂ, ਸੋ ਉਹਨਾਂ ਨੂੰ ਉਠਾਉਣ ਦੇ ਕਰਕੇ ਇਹ ਦੇਰੀ ਹੋਈ ਆ। ਹੁਣ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਾਨੂੰ ਸੂਚਿਤ ਕਰ ਦਿੱਤਾ ਗਿਆ ਕਿ ਜ਼ਮੀਨ ਸਾਰੀ ਅਕਵਾਇਰ ਕਰ ਲਈ ਗਈ ਆ, ਕੰਮ ਸ਼ੁਰੂ ਕਰ ਦਿੱਤਾ ਗਿਆ। ਰੇਲਵੇ ਓਵਰਬ੍ਰਿਜ ਦੀ ਜਿਹੜੀ ਹੈਗੀ ਆ ਮਨਜ਼ੂਰੀ, ਇਹ ਰੇਲਵੇ ਵਿਭਾਗ ਨੇ ਵੀ ਹੁਣ ਦੇ ਦਿੱਤੀ ਆ, ਕਿਉਂਕਿ ਅਸੀਂ ਸਾਰੀ ਕਲੀਅਰੈਂਸ ਜਿਹੜੀ ਕਰਤੀ ਆ। ਬਹੁਤ ਜਲਦ NHAI ਵੱਲੋਂ ਇਹਦਾ ਟੈਂਡਰ ਜਿਹੜਾ ਆ ਉਹ ਲਗਾ ਦਿੱਤਾ ਜਾਵੇਗਾ। ਠੀਕ ਹੈ, ਥੈਂਕ ਯੂ। ਬਸ ਠੀਕ ਹੈ ਜੀ, ਹੁਣ ਹੋਰ ਕੀ ਪੁੱਛਣਾ ਆਪਾਂ? ਕਟਾਰੀਆ ਜੀ, ਤੁਹਾਨੂੰ ਪੈਸੇ ਦਿੱਤੇ ਹੋਏ ਆ, ਜਦੋਂ ਕਿ ਸਾਰੇ ਦੁਕਾਨਦਾਰ ਉਹ ਕਹਿੰਦੇ ਵੀ ਸਾਨੂੰ ਸਾਬਤ ਕਰੋ ਕਿੱਥੇ ਪੈਸੇ ਦਿੱਤੇ ਆ, ਜਦੋਂ ਸਾਡੇ ਕੋਲ ਰਜਿਸਟਰੀਆਂ ਅੱਜ ਤੋਂ ਸਾਲ ਪਹਿਲਾਂ, 6 ਮਹੀਨੇ ਪਹਿਲਾਂ, 2 ਸਾਲ ਪਹਿਲਾਂ ਨਿਊ ਸਰਟੀਫਿਕੇਟ ਲਿਆ, ਉਹਦੇ ਵਿੱਚ ਲਿਖਿਆ ਗਿਆ 100 ਫੁੱਟ ਸੜਕ ਆ। ਉਹ ਕਹਿੰਦੇ ਨਹੀਂ ਜੀ, ਇੱਥੇ ਸੜਕ 150 ਫੁੱਟ ਆ। ਉਹ 150 ਫੁੱਟ ਕੱਟ ਕੇ ਬਣਾਉਣੀ ਚਾਹੁੰਦੇ ਆ, ਅਸੀਂ ਕਹਿੰਦੇ 100 ਫੁੱਟ ਸੜਕ ਇੱਥੇ, ਬਾਕੀ ਦੇ ਪੈਸੇ ਦਿਓ। ਉਹ ਦਿੰਦੇ ਨਹੀਂ। ਇਸ ਗੱਲ ਦਾ ਕਾਫੀ ਚਿਰ ਤੋਂ ਇਹ ਰੌਲਾ ਚੱਲਿਆ ਆਉਂਦਾ ਜੀ। ਹਾਂਜੀ ਮੰਤਰੀ ਜੀ। ਸਪੀਕਰ ਸਾਹਿਬ, ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ ਉਹਦੇ ਵੱਲੋਂ ਸਾਨੂੰ ਬਿਲਕੁਲ ਸੂਚਿਤ ਕਰ ਦਿੱਤਾ ਗਿਆ ਹੈ ਕਿ ਜਿੰਨੀ ਰੋਡ, ਜਿੰਨਾ ਜਗ੍ਹਾ ਰਿਕੁਆਇਰਡ ਆ ROB ਬਣਾਉਣ ਵਾਸਤੇ, ਉਹ ਸਾਰੀ ਕਲੀਅਰੈਂਸ ਉਹਦੀ ਜਿਹੜੀ ਆ ਹੋ ਚੁੱਕੀ ਆ। ਉਹਦੇ ਬਣਦੇ ਪੈਸੇ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ। ਹੁਣ ਕਿਸੇ ਵੀ ਤਰ੍ਹਾਂ ਦੇ ਕੋਈ ਜਿਹੜੀ ਆ ਲੈਂਡ ਅਕੁਆਇਰ ਕਰਨ ਦੀ ਉੱਥੇ ਜ਼ਰੂਰਤ ਨਹੀਂ ਆ। ਸੋ ਲਾਸਟ ਸਟੇਜ 'ਤੇ ਹੁਣ ਜਿਹੜਾ ਟੈਂਡਰ ਉਹਦਾ ਲੱਗਣਾ ਆ, ਉਹ ਵੀ ਜਲਦੀ ਉਹਦਾ ਟੈਂਡਰ ਜਿਹੜਾ ਆ ਉਹ NHAI ਵੱਲੋਂ ਲਗਾ ਦਿੱਤਾ ਜਾਣਾ। ਥੈਂਕ ਯੂ ਜੀ। ਕਟਾਰੀਆ ਜੀ, ਸਪੀਕਰ ਸਾਹਿਬ, ਇਨਕੁਆਇਰੀ ਕਰਾ ਕੇ ਜਾਂਚ ਕਰਾਈ ਜਾਵੇ। ਕਰਾ ਲਓ ਜੀ, ਜਾਂਚ ਕਰਾ ਲਓ ਜੀ। ਠੀਕ ਠੀਕ ਹੈ ਜੀ।